ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਹ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਆ ਤੁਸੀਂ ਇਸ ਨੂੰ ਲੇਡੀਜ਼ ਕੋਟੀ ਜੈਂਟਸ ਕੋਟੀ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਬਲੈਕ ਕੋਟੀ ਤੇ ਵੀ ਪਾ ਸਕਦੇ ਜੇ ਮੈਂ ਬਲੈਕ ਕੋਟੀ ਤੇ ਬਣਾਇਆ ਹੋਇਆ ਹੈ ਉਹ ਵੀ ਤੁਹਾਨੂੰ ਦਿਖਾਉਣੀ ਅੱਗੇ ਜਾ ਕੇ ਵੀਡੀਓ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਸਿਰਫ ਉਲਟੀਆਂ ਸਿੱਧੀਆਂ ਹੀ ਸਲਾਈਆਂ ਬਣਨੀਆਂ ਨੇ ਇੱਕ ਸਲਾਈ ਦੇ ਵਿੱਚ ਡਿਜ਼ਾਈਨ ਬਣਨਾ ਹੈ ਬਾਕੀ ਸਾਰੀਆਂ ਸਲਾਈਆਂ ਜਿਹੜੀਆਂ ਉਲਟੀਆਂ ਤੇ ਸਿੱਧੀਆਂ ਬਣਨੀਆਂ ਨੇ ਤੇ ਚਾਰ-ਚਾਰ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਉਣੇ ਨੇ ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਵਾਧੂ ਪਾ ਲੈਣੇ ਆ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਸਿੱਧੀਆਂ ਤੇ ਉਲਟੀਆਂ ਸਲਾਈਆਂ ਦਾ ਹੀ ਡਿਜ਼ਾਈਨ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਕਿਵੇਂ ਦਾ ਲੱਗਾ ਆ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਉਹ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਤੇ ਉਲਟੀਆਂ ਜਿਹੜੀਆਂ ਸਲਾਈਆਂ ਬਣਾਉਣੀਆਂ ਨੇ ਤੁਸੀਂ ਆਪਣੇ ਅਕੋਰਡਿੰਗ ਵੱਧ ਘਟ ਜਾਂ ਗੈਪ ਜਿਹੜਾ ਪਾਉਣਾ ਹੈ ਵੱਧ ਘਟ ਪਾ ਸਕਦੇ ਜੱਗੇ ਜਾ ਕੇ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਗੈਪ ਜਿਹੜਾ ਇਹ ਵੀ ਵੱਧ ਘਟ ਪਾ ਸਕਦੇ ਜੇ ਤੇ ਉਲਟੀਆਂ ਸਲਾਈਆਂ ਜਿਹੜੀਆਂ ਆਪਾਂ ਇਹ ਵੀ ਗੈਪ ਵਾਸਤੇ ਪਾਉਣੀਆਂ ਇਹ ਵੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਮਤਲਬ ਇਹਨਾਂ ਨੂੰ ਕਰ ਸਕਦੇ ਜੇ ਸੈੱਟ ਜਿਸ ਤਰ੍ਹਾਂ ਮੈਂ ਦੱਸਾਂਗੀ ਇਹ ਸਭ ਨਾਲ 8 ਸਲਾਈਆਂ ਵਿੱਚ ਡਿਜ਼ਾਈਨ ਬਣੇਗਾ ਉਹ ਉਲਟੀ ਸਾਈਡ ਤੋਂ ਪੂਰੀ ਸਲਾਈ ਜਿਹੜੀ ਆਪਾਂ ਉਲਟੀ ਉਲਟੀ ਬਣਾਉਣੀ ਆ ਸਿੱਧੀ ਸਾਈਡ ਤੋਂ ਵੀ ਪੂਰੀ ਸਿਲਾਈ ਉਲਟੀ ਬਣਾਈ ਹੈ ਸਾਰੇ ਕੁੰਡੇ ਉਲਟੇ ਬੁਨੇ ਤੇ ਹੁਣ ਉਲਟੀ ਸਾਈਡ ਤੋਂ ਸਾਰੇ ਕੁੰਡੇ ਉਲਟੇ ਬਣਨੇ ਆ ਦੋ ਸਿਲਾਈਆਂ ਬਣ ਗਈਆਂ ਨੇ ਡਿਜ਼ਾਈਨ ਦੀਆਂ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਬਲੈਕ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਇਹ ਹੁਣ ਆਪਾਂ ਦੂਸਰੀ ਸਿਲਾਈ ਵੀ ਬਣਾ ਲਈ ਹੁਣ ਤੀਸਰੀ ਸਿਲਾਈ ਜਿਹੜੀ ਉਹ ਵੀ ਵੇਖੋ ਪਹਿਲਾ ਕੁੰਡਾ ਉਤਾਰ ਲਿਆ बाकी ਸਾਰੇ ਕੁੰਡੇ ਉਲਟੇ ਬਣਾਉਣੇ ਨੇ ਤੀਸਰੀ ਸਿਲਾਈ ਵੀ ਇਸੇ ਤਰ੍ਹਾਂ ਬਣਾਉਣੀ ਹੈ ਬਹੁਤ ਹੀ ਸੋਨਾ ਲੱਗਦਾ ਹੈ ਡਿਜ਼ਾਈਨ ਛੋਟਾ ਛੋਟਾ ਡਿਜ਼ਾਈਨ ਹੈ ਕਿਸੇ ਵੀ ਕੋਟੀ ਸਵੈਟਰ ਤੇ ਪਾਓਗੇ ਤੇ ਬਹੁਤ ਪਿਆਰਾ ਲੱਗੇਗਾ ਬਲੈਕ ਤੇ ਵੀ ਪਾ ਸਕਦੇ ਜੀ ਤੇ ਵਾਈਟ ਕਰੀਮ ਤੇ ਵੀ ਪਾ ਸਕਦੇ ਹੋਰ ਕਿਸੇ 컬러ਫੁਲ ਤੇ ਵੀ ਤੁਸੀਂ ਪਾ ਸਕਦੇ ਜੀ ਹਰ ਰੰਗ ਤੇ ਜਚਨ ਵਾਲਾ ਡਿਜ਼ਾਈਨ ਹੁਣ ਅਗੇ ਆ ਚੌਥੀ ਸਲਾਈ ਤੇ ਉਲਟੇ ਪਾਸੇ ਇਹ ਵੀ ਪੂਰੀ ਸਲਾਈ ਆ ਪਾ ਉਲਟੀ ਉਲਟੀ ਮਨੋਣੀ ਆ ਚੌਥੀ ਸਲਾਈ ਵੀ ਪੂਰੀ ਉਲਟੀ ਉਲਟੀ ਬਣਾ ਲੈਣੀ ਆ ਹੁਣ ਅਗੇ ਆ ਪੰਨੀ ਸਲਾਈ ਤੇ ਸਿੱਧੇ ਪਾਸੇ ਇਹ ਵਾਲੀ ਸਲਾਈ ਆਪਾਂ ਪੂਰੀ ਸਿੱਧੀ ਬਣਾਉਣੀ ਆ ਪੰਨੀ ਸਲਾਈ ਸਿੱਧੇ ਪਾਸਿਓ ਪੂਰੀ ਸਿੱਧੀ ਬਣਾਉਣੀ ਆ ਪਹਿਲਾਂ ਜਿਹੜੀਆਂ 4 ਸਲਾਈਆਂ ਬਣਾਈਆਂ ਇਹ ਦੋਨੋਂ ਪਾਸਿਆਂ ਤੋਂ ਉਲਟੀਆਂ-ਉਲਟੀਆਂ ਬਣਾਈਆਂ। ਹੁਣ 6ਵੀਂ ਸਲਾਈ ਉਲٹے ਪਾਸੇ ਤੋਂ ਪੂਰੀ ਆਪਾਂ ਉਲਟੇ ਕੁੰਡਿਆਂ ਨਾਲ ਬਣਾ ਲੈਣੀ ਹੈ। ਪੂਰੀ ਸਲਾਈ ਜਿਹੜੀ ਹੈ ਉਲਟੇ ਕੁੰਡਿਆਂ ਨਾਲ ਬਣਾ ਲੈਣੀ ਹੈ 6ਵੀਂ ਸਲਾਈ ਹੈ। ਹੁਣ ਆ ਗਏ ਹਾਂ 7ਵੀਂ ਸਲਾਈ ਤੇ ਸਿੱਧੇ ਪਾਸੇ ਇੱਥੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਵੇਖੋ ਕਿਵੇਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡਿਆਂ ਨੂੰ ਇਸ ਤਰ੍ਹਾਂ ਇਕੱਠਾ ਬਨ ਲੈਣਾ ਤਿੰਨ ਕੁੰਡਿਆਂ ਨੂੰ ਇਕੱਠਾ ਬਨ ਲੈਣਾ ਇੱਕ ਕਰ ਦੇਣਾ ਧਾਗਾ ਇੱਧਰਲੇ ਪਾਸੇ ਰੱਖਣਾ ਹੁਣ ਫਿਰ ਧਾਗਾ ਇੱਧਰ ਹੀ ਰੱਖਣਾ ਤੇ ਇਹ ਵਾਲੇ ਕੁੰਡੇ ਤੋਂ ਵੇਖੋ ਕਿਵੇਂ ਬਣਾਉਣਾ ਆਪਾਂ ਪਹਿਲਾਂ ਇਹਨੂੰ ਉਲਟਾ ਬਣਾ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਫਿਰ ਇਹਨੂੰ ਸਿੱਧਾ ਬਣਾ ਲਿਆ ਫਿਰ ਤਾਂ ਗਾ ਫਰੰਟ ਤੇ ਕਰਕੇ ਇਹਨੂੰ ਉਲਟਾ ਬਣਾ ਲਿਆ ਇੱਥੇ ਆਪਾਂ ਤਿੰਨ ਤੋਂ ਇੱਕ ਕਰਤੇ ਇੱਥੇ ਇੱਕ ਗੁੰਡੇ ਤੋਂ ਤਿੰਨ ਗੁੰਡੇ ਕਰ ਲੈ ਸਾਡੇ ਗੁੰਡੇ ਜਿਹੜੇ ਬਰਾਬਰ ਹੋ ਗਏ ਇਹ ਹੀ ਚਾਰ ਗੁੰਡੇ ਰਿਪੀਟ ਕਰਾਂਗੇ ਤਿੰਨ ਤੋਂ ਇੱਕ ਕਰਤਾ ਫਿਰ ਤਾਂ ਗਾ ਇਧਰ ਹੀ ਰੱਖਾਂਗੇ ਪਹਿਲਾਂ ਉਲਟਾ ਬਣਾਉਣਾ ਫਿਰ ਸਿੱਧਾ ਬਣਾਉਣਾ ਫਿਰ ਉਲਟਾ ਬਣਾਉਣਾ ਇੱਕ ਗੁੰਡੇ ਤੋਂ ਤਿੰਨ ਗੁੰਡੇ ਫਿਰ ਤਿੰਨ ਤੋਂ ਇੱਕ ਫਿਰ ਲਾਸਟ ਤੇ ਸੌਰੀ ਤਾਂ ਗਾ ਇਧਰ ਰੱਖਣਾ ਪਹਿਲਾਂ ਇਹਨੂੰ ਉਲਟਾ ਬਣਾਉਣਾ ਫਿਰ ਤਾਂ ਗਾ ਬੈਕ ਸਾਈਡ ਤੇ ਕਰਕੇ ਸਿੱਧਾ ਬਣਾਉਣਾ ਫਿਰ ਤਾਂ ਗਾ ਫਰੰਟ ਤੇ ਕਰਕੇ ਉਲਟਾ ਬਣਾਉਣਾ ਤੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਜੇ ਇੱਧਰ ਵਾਲੇ ਪਾਸੇ ਤੁਸੀਂ ਕੁੰਡੇ ਘਟਾਏ ਆ ਤੇ ਇੱਧਰ ਵਾਲੇ ਪਾਸੇ ਕੁੰਡੇ ਜਿਹੜੇ ਵਧਾਉਣੇ ਆ ਨਹੀਂ ਤੇ ਡਿਜ਼ਾਈਨ ਜਿਹੜਾ ਤੁਹਾਡਾ ਉਹ ਗਲਤ ਹੋ ਜਾਏਗਾ ਕੁੰਡੇ ਤੁਹਾਡੇ ਘਟਦੇ ਜਾਣਗੇ ਜਾਂ ਫਿਰ ਵਧਦੇ ਜਾਣਗੇ ਜੇ ਇੱਧਰ ਵਾਲੀ ਸਾਈਡ ਤੇ ਤੁਸੀਂ ਸਟਾਰਟਿੰਗ ਤੇ ਵਧਾ ਲਿਆ ਫਿਰ ਇੱਧਰ ਘਟਾਉਣੇ ਆ ਹੁਣ ਸਤਵੀਂ ਸਲਾਈ ਆ ਉਲਟੇ ਪਾਸੇ ਸੋਰੀ 8ਵੀਂ ਸਲਾਈ ਹੈ ਉਲਟੇ ਪਾਸੇੋਂ ਸਾਰੇ ਕੁੰਡੇ ਉਲਟੇ ਬਣਾ ਲੈਣੇ ਆ ਸਾਰੇ ਹੀ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਆ 8ਵੀਂ ਸਲਾਈ ਉਲਟੇ ਪਾਸੇ ਤੋਂ ਇਸ ਤਰੀਕੇ ਦੇ ਨਾਲ ਬਣੇਗੀ ਇਹ ਵੇਖ ਹੁਣ ਆ ਗਏ ਆਪਾਂ ਨੌਵੀਂ ਸਲਾਈ ਤੇ ਸਿੱਧੇ ਪਾਸੇ ਪੂਰੀ ਸਲਾਈ ਸਿੱਧੀ ਸਿੱਧੀ ਬਣਾ ਲੈਣੀ ਹੈ ਨੌਵੀਂ ਸਲਾਈ ਸਿੱਧੇ ਪਾਸਿਓਂ ਪੂਰੀ ਸਿੱਧੀ ਸਿੱਧੀ ਬਣਾ ਲੈਣੀ ਹੈ ਹੁਣ ਦਸਵੀਂ ਸਲਾਈ ਉਲਟੇ ਪਾਸਿਓਂ ਪੂਰੀ ਆਪਾਂ ਉਲਟੀ ਉਲਟੀਆਂ ਨਾਲ ਬਸ ਇਹ ਹੀ ਡਾਂਸ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬਣ ਕੇ ਤਿਆਰ ਹੁੰਦਾ ਜਾਣਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਤੇ ਕਿਸੇ ਵੀ ਕੋਟੀ ਸਵੈਟਰ ਤੇ ਵਾਲਾ ਡਿਜ਼ਾਈਨ ਤੁਸੀਂ ਪਾ ਸਕਦੇ ਹੋ ਹੈ ਵੀ ਬਿਲਕੁਲ ਸੌਖਾ ਤੇ ਕੋਈ ਝੰਜਟ ਨਹੀਂ ਇਹਦੇ ਵਿੱਚ ਸਿਰਫ ਉਲਟੀਆਂ ਸਿੱਧੀਆਂ ਸਲਾਈਆਂ ਨਾਲ ਹੀ ਬਣ ਜਾਂਦਾ ਹੈ ਜਦੋਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਣਾ ਤੇ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਨਜ਼ਰ ਆਏਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ